ਅੱਜ ਸ਼ੂਬਰ ਸੋਈ ਦੇ ਵਿੱਚ ਬਣ ਰਿਹਾ ਹੈ ਪਾਲਕ ਪਨੀਰ ਦੇਖਿਆ ਕਿੰਨਾ ਸੋਹਣਾ ਲੱਗ ਰਿਹਾ ਕਲਰ ਕਿੰਨਾ ਸੋਹਣਾ ਹੈ ਪ੍ਰੋਪਰ ਗ੍ਰੀਨ ਕਲਰ ਤੇ ਬਣਾਉਣਾ ਬਹੁਤ ਹੀ ਜ਼ਿਆਦਾ ਈਜ਼ੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਜੇ ਤਾਂ ਕਿ ਮੈਂ ਟਿਕ ਐਂਡ ਟ੍ਰਿਕਸ ਨਾਲ ਤੁਹਾਨੂੰ ਦੱਸਾਂਗੀ ਕਿ ਇਹ ਕਲਰ ਕਿੱਦਾਂ ਮੇਨਟੇਨ ਰਹੇਗਾ ਤੇ ਇਹਨੂੰ ਤੁਸੀਂ ਜਿੱਦ ਨਾਲ ਮਰਜੀ ਖਾ ਸਕਦੇ ਹੋ ਨਾਨ ਦੇ ਨਾਲ ਖਾ ਸਕਦੇ ਹੋ ਪਰਾਠੇ ਦੇ ਨਾਲ ਖਾ ਸਕਦੇ ਹੋ ਤੰਦੂਰੀ ਰੋਟੀ ਨਾਲ ਖਾ ਸਕਦੇ ਹੋ ਡਬਲ ਆਪਾਂ ਇਹਨੂੰ ਤੜਕਾ ਦਿੱਤਾ ਹੈ ਤੇ ਬਹੁਤ ਹੀ ਸਵਾਦਿਸ਼ਟ ਹੈ ਤੇ ਇਹਨੂੰ ਬੱਚੇ ਵੀ ਚਟ ਕਰ ਜਾਣਗੇ ਤੇ ਵੱਡੇ ਵੀ ਤੇ ਆਈਏ ਆਪਾਂ ਦੇਖਨੇ ਨੂੰ ਕਿਵੇਂ ਬਣਾਵਾਂਗੇ ਇਹਦੇ ਲਈ ਆਪਾਂ ਲੈ ਲਈਏ ਫਰੈਸ਼ ਪਾਲਕ ਪਾਲਕ ਨੂੰ ਵਾਸ਼ ਕਰ ਲਿਆ ਪਹਿਲਾਂ ਸਾਫ਼ ਕਰ ਲਿਆ ਫਿਰ ਉਸ ਤੋਂ ਬਾਅਦ ਇਹਨੂੰ ਵਾਸ਼ ਕਰ ਲਿਆ ਜਿਹੜੇ ਇਹਦੇ नीचे ਡੰਡਲ ਨੇ ਓਣੀਵੇਂ ਉਤਾਰੇ ਉਹਨਾਂ ਨੂੰ ਹਲਕਾ ਹਲਕਾ ਉਤਾਰ ਲਿਆ ਜੇ ਹੁਣ ਗਰਮ ਪਾਣੀ ਕਰਕੇ ਇਹਦੇ ਵਿੱਚ ਚੁਟਕੀ ਬਰ ਚੀਨੀ ਵਾਲੀ ਹੈ ਤੇ ਹੁਣ ਇਹਨੂੰ ਆਪਾਂ ਪਾ ਲਾਂਗੇ ਪਾਲਕ ਤੇ ਚੀਨੀ ਇਸ ਕਰਕੇ ਪਾਈਏ ਹਲਕੀ ਜੀ ਚੀਨੀ ਪਾਈਏ ਤਾਂ ਕਿ ਇਹਦਾ ਪਾਲਕ ਦਾ ਕਲਰ ਜਿਹੜਾ ਇਦਾਂ ਹੀ ਮੈਂਟੇਨ ਰਹੇਗਾ ਤੇ ਹੁਣ ਇਹਨੂੰ ਆਪਾਂ ਕਵਰ ਕਰਕੇ 2-3 ਮਿੰਟਾਂ ਵਾਸਤੇ ਇਹਨੂੰ ਰੱਖ ਦਿਆਂਗੇ ਇੱਥੇ ਮੈਨੂੰ ਯਾਦ ਭੁੱਲ ਗਿਆ ਮੈਂ ਇਹਦੇ ਚ ਪਿਆਜ਼ ਵੀ ਪਾਣੇ ਸੀ ਕੱਟ ਕੇ ਤੁਸੀਂ ਪਹਿਲਾਂ ਹੀ ਪਾ ਦਿਓ ਮੈਂ ਹੁਣ ਪਾ ਰਹੀ ਹਾਂ ਲੰਬਾ ਲੰਬਾ ਪਿਆਜ਼ ਕੱਟ ਕੇ ਇਹਨੂੰ ਮੈਂ ਪਾਤਾ ਤਾਂ ਕਿ ਇਹਨਾਂ ਦੀ ਜਿਹੜੀ ਐ ਰੋ ਜਿਹੜੀ 스멜 ਉਹ ਚਲੀ ਜਾਏ ਤੇ ਆਪਾਂ ਨੂੰ ਵੈਸੇ ਪੱਕ ਜਾਂ ਤੇ ਇਹਨਾਂ ਟੱਕ ਕੇ 5 ਮਿੰਟ ਵਾਸਤੇ ਪਕਾ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕਢ ਲਾਂਗੇ ਦੂਸਰੀ ਸਾਈਡ ਤੇ ਇੱਕ ਵੱਡਾ ਬੋਲ ਲੈ ਕੇ ਪਾਣੀ ਠੰਡਾ ਠੰਡਾ ਵਿੱਚ ਪਾ ਲਿਆ ਬਰਫ਼ ਪਾ ਕੇ ਤੇ ਜਿੱਦਾਂ ਹੀ ਇਹ ਦੂ ਗਰਮ ਗਰਮ ਕੱਢਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਾਲਕ ਨੂੰ ਠੰਡੇ ਪਾਣੀ 'ਚ ਡਿਪ ਕਰ ਦਾਂਗੇ ਤਾਂ ਕਿ ਇਹਦੇ ਨਾਲ ਵੀ ਕਲਰ ਜਿਹੜਾ ਬਹੁਤ ਅੱਛਾ ਆਉਂਦਾ ਗ੍ਰੀਨ ਕਲਰ ਰਹਿੰਦਾ ਕਾਲਾ ਨਹੀਂ ਪੈਂਦਾ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਡਿਪ ਕਰ ਲਿਆ ਤੇ ਹੁਣ ਇਹਨੂੰ ਆਪਾਂ ਪਾਣੀ ਨੂੰ ਉਰ ਲਾਂਗੇ ਨਿਚੋੜ ਨਿਚੋੜ ਕੇ ਇਹਦੀ ਆਪਾਂ ਬਰੀਕ ਪੇਸਟ ਬਣਾ ਲਾਂਗੇ ਦੇਖੋ ਇਸ ਤਰੀਕੇ ਨਾਲ ਸਾਰਾ ਪਾਣੀ ਨਿਚੋੜ ਲਿਆ ਤੇ ਇਦਾਂ ਹੀ ਬਾਕੀ ਜਿਹੜਾ ਬਚਿਆ ਹੋਇਆ ਪਿਆਜ਼ ਨੂੰ ਤੁਸੀਂ ਬਾਅਦ ਵਿੱਚ ਉਦਾਂ ਹੀ ਪਾ ਲੈਣਾ ਉਹਨੂੰ ਕੋਈ ਦਿੱਕਤ ਨਹੀਂ ਆਗੀ ਠੰਡਾ ਕਰਨ ਲਈ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਪੇਸਟ ਬਣਾ ਲਾਂਗੇ ਇਹਦੀ ਦੇਖਿਆ ਜੇ ਇਹ ਆਪਣੀ ਹੁਣ ਰੈਡੀ ਹੈ ਤੇ ਬਾਕੀ ਜਿਹੜਾ ਮਟੀਰੀਅਲ ਉਹ ਆਪਾਂ ਇਹਨੂੰ ਬਾਅਦ ਚ ਪਾਵਾਂਗੇ ਤੇ ਦੇਖੋ ਹੁਣ ਆਪਣੀ ਪੇਸਟ ਰੈਡੀ ਹੋ ਗਈ ਹੈ ਤੇ ਅਜੇ ਪੂਰੀ ਨਹੀਂ ਹੋਈ ਪਰ ਫਿਰ ਆਪਾਂ ਨੂੰ ਥੋੜਾ ਜਿਹਾ ਨੀਚੇ ਹੋ ਗਿਆ ਹੁਣ ਆਪਾਂ ਇਹਦੇ ਚ ਪਿਆਜ਼ ਪਾ ਲੈਨੇ ਪਿਆਜ਼ ਵੀ ਠੰਡੇ ਕਰਕੇ ਪਾਏ ਜੇ ਮਿਰਚਾਂ ਤੁਸੀਂ ਆਪਣੀ ਟੇਸ ਦੇ ਅਨੁਸਾਰ ਪਾਇਆ ਜੇ ਤੇ ਹੁਣ ਆਪਾਂ ਨੂੰ ਫਿਰ ਇਹਨਾਂ ਨੂੰ ਅੱਛੀ ਪਿਉਰੀ ਬਣਾ ਲਾਂਗੇ ਹੁਣ ਆਪਣੀ ਰੈਡੀ ਹੈ ਪਿਉਰੀ ਦੇਖੋ ਜੀ ਹੁਣ ਆਪਾਂ ਲਾਂਗੇ ਇੱਕ ਪੈਨ ਉਹਦੇ ਚ ਥੋੜਾ ਜਿਹਾ ਤੇਲ ਪਾ ਕੇ ਆਪਾਂ ਜਿਹੜੇ ਪਨੀਰ ਦੇ ਪੀਸ ਨੇ ਉਹਨਾਂ ਨੂੰ ਆਪਾਂ ਸ਼ੈਲੋ ਫਰਾਈ ਕਰ ਲਾਂਗੇ ਹਲਕਾ ਆ ਜਾ ਉਹਨਾਂ ਨੂੰ ਫਰਾਈ ਕਰਾਂਗੇ ਉਹਨਾਂ ਨੂੰ 골ਡਨ ਨਹੀਂ ਹੋਣ ਦੇਵਾਂਗੇ ਲਾਈਟ ਜਾਂ 골ਡਨ ਹੀ ਹੋਏ ਤੇ ਕਯੂਬਸ ਜਿਹੜੇ ਨੇ ਤੁਸੀਂ ਆਪਣੀ ਮਨਮਰਜ਼ੀ ਨਾਲ ਕੱਟ ਸਕਦੇ ਹੋ ਵੱਡੇ ਕੱਟਨੇ ਛੋਟੇ ਕੱਟਨੇ ਜਿੱਦਾਂ ਤੁਹਾਨੂੰ ਪਸੰਦ ਹੋਣ ਤੇ ਇਸ ਤਰੀਕੇ ਨਾਲ ਆਪਾਂ ਨੂੰ ਹਲਕੇ ਹੱਥਾਂ ਨਾਲ ਇਹਨਾਂ ਨੂੰ ਫਰਾਈ ਕਰ ਲਾਂਗੇ ਤਾਂ ਕਿ ਇਹ ਟੁੱਟਣ ਨਾ ਤੇ ਦੇਖੇ ਬਸ ਇੰਨਾ ਹੀ ਕਲਰ ਆਪਾਂ ਇਹਨਾਂ ਦਾ ਰੱਖਾਂਗੇ ਜਿਆਦਾ ਇਹਦੂ ਕਰਾਂਗੇ ਤੇ ਇਹ ਹਾਰਡ ਹੋ ਜਾਣਗੇ ਤੇ ਜੇ ਕਿਤੇ ਹਾਰਡ ਹੋ ਜਾਣ ਫਿਰ ਤੁਸੀਂ ਇਹਨੂੰ ਕੀ ਕਰਿਓ ਇਹ ਕੋਸੇ ਜੇ ਪਾਣੀ ਜੇ ਨੂੰ ਡਿਪ ਕਰ ਲੈਣਾ ਤੇ ਜਦੋਂ ਪਾਣੀ ਹੋਏਗਾ ਉਦੋਂ ਕੱਢ ਲੈਣਾ ਤਾਂ ਵੀ ਇਹ ਠੀਕ ਰਹਿਣਗੇ ਫਿਰ ਹੁਣ ਆਪਾਂ ਇਹਦੇ ਵਿੱਚ ਦੇਸੀ ਘਿਓ ਲਿਆ ਹੈ ਉਸੇ ਪੈਨ ਦੇ ਵਿੱਚ ਜੀਰਾ ਪਾ ਕੇ ਲਸਣ ਪਾ ਕੇ ਅਦਰਕ ਪਾ ਕੇ ਤੇ ਇੱਥੇ ਤੁਸੀਂ ਤੇਜ ਪੱਤਾ ਪਾ ਕੇ ਦਾਲਚੀਨੀ ਤੇ ਲਾਲ ਮਿਰਚ ਵੀ ਹੁਣੇ ਹੀ ਪਾ ਲੈਣਾ ਤੇ ਮੈਨੂੰ ਕੈਮਰੇ ਦੇ ਚੱਕਰ 'ਚ ਮੈਂ ਥੋੜਾ ਜਿਹਾ ਲੇਟ ਹੋ ਗਈਆਂ ਪਾਣ ਲਈ ਸੋ ਇਹਨੂੰ ਆਪਾਂ ਭੁੰਨ ਲਾਂਗੇ ਅچھے ਤਰੀਕੇ ਨਾਲ ਜਦੋਂ ਆਪਣੀ ਇਹਦੀ ਰੌ ਸਮੈਲ ਜੀ ਚਲੀ ਜਾਏਗੀ ਬਸ ਉਦੋਂ ਆਪਾਂ ਇਹਦੇ ਚ ਪਾ ਦਾਂਗੇ ਬਾਕੀ ਚੀਜ਼ਾਂ ਇਹ ਚ ਦੇਖਿਆ ਹੁਣ ਇਹਦੇ ਚ ਪਾਦੀ ਹਲਦੀ ਨਮਕ ਟੂ ਟੇਸਟ ਪਾ ਦਾਂਗੇ ਆਪਾਂ ਤੇ ਥੋੜਾ ਜਿਹਾ ਇਹਨੂੰ ਬੇਸਨ ਪਾਵਾਂਗੇ 1 टीस्पून ਤੁਸੀਂ ਚਾਹਦੇ ਤਾਂ ਤੁਸੀਂ ਆਟਾ ਵੀ ਪਾ ਸਕਦੇ ਹੋ ਜਿਵੇਂ ਆਪਾਂ ਸਾਗ ਦੇ ਵਿੱਚ ਪਾਈਦੀ ਹੈ ਨਾ ਉਸ ਤਰੀਕੇ ਨਾਲ ਹੀ ਆਪਾਂ ਪਾਵਾਂਗੇ ਤਾਂ ਕਿ ਇਹਦੀ ਥਿਕਨੈਸ ਅੱਛੇ ਤਰੀਕੇ ਨਾਲ ਆ ਜਾਏਗੀ ਤੇ ਉਹ ਪਾਣੀ ਵੀ ਬਾਰ ਨਹੀਂ ਜ਼ਿਆਦਾ ਨਿਕਲੇਗਾ ਹੁਣ ਆਪਾਂ ਇਹਦੇ ਚ ਦੋ ਚਮਚ ਮੈਂ ਦਹੀਂ ਪਾਤਾ ਮੈਨੂੰ ਇੱਥੇ ਟਾਈਮ ਨਹੀਂ ਲੱਗਿਆ ਮੈਂ ਗੈਸ ਬੰਦ ਕਰਨਾ ਸੀ ਪਰ ਤੁਸੀਂ ਗੈਸ ਬੰਦ ਕਰ ਲਿਆ ਜੇ ਫਿਰ ਦਹੀਂ ਪਾ ਲਿਆ ਜੇ ਨਹੀਂ ਤੇ ਆਹ ਹਾਲ ਹੋ ਜਾਂਦਾ ਫਟ ਜਾਂਦਾ ਤੇ ਤਾਂ ਆਪਾਂ ਨੂੰ ਫਟਾਉਣਾ ਨਹੀਂ ਹੁਣ ਆਪਾਂ ਇੱਥੇ ਫਰੈਸ਼ ਕਰੀਮ ਪਾ ਲਈਏ ਮੈਂ ਘਰ ਦੀ ਮਲਾਈ ਪਾ ਲਈਏ ਇਹਨੂੰ ਵੀ ਅੱਛੇ ਤਰੀਕੇ ਨਾਲ ਮਿਕਸ ਕਰ ਲਾਂਗੇ ਮੈਂ ਬਾਅਦ ਚ ਗੈਸ ਬੰਦ ਕਰਤਾ ਸੀ ਅਜੇ ਵੀ ਗੈਸ ਬੰਦ ਦੇ ਤੇ ਹੁਣ ਥੋੜਾ ਜਿਹਾ ਨਾਰਮਲ ਹੋ ਜਾਏਗਾ ਤੇ ਫਿਰ ਸਿਮ ਤੇ ਮੈਨੂੰ ਔਨ ਕਰ ਦੇਣੀ ਹੈ ਜਿੱਦਾਂ ਇਹ ਪੱਕ ਗਿਆ ਇਹਨੇ ਆਪਣਾ ਛੱਡਤਾ ਤੇਲ ਤੇ ਵਿੱਚ ਪਾਤਾ ਮੈਂ ਪਾਲਕ ਦੀ ਪਿਓਰੀ ਪਾਤੀ ਹੈ ਜਦੋਂ ਆਪਾਂ ਪਾਣੀ ਉਦੋਂ ਧਿਆਨ ਰੱਖਣਾ ਹੈ ਕਿ ਜਿਹੜੀ ਮਲਾਈ ਦਾ ਦਹੀਂ ਦਾ ਆਪਣਾ ਮਿਕਸਚਰ ਹੈ ਉਹ ਜਦੋਂ ਆਪਣਾ ਤੇਲ ਛੱਡ ਦੇਗਾ ਉਦੋਂ ਆਪਾਂ ਪਾਣਾ ਵਿੱਚ ਭੁੱਜ ਜਾਏਗਾ ਅੱਛੀ ਤਰੀਕੇ ਨਾਲ ਹੁਣ ਆਪਾਂ ਮਿਕਸ ਕਰ ਲਾਂਗੇ ਦੇਖੋ ਇਹਦਾ ਕਿੰਨਾ ਸੋਹਣਾ ਕਲਰ ਆਇਆ ਤੋਂਨ ਆਪਾਂ ਚਿੱਕਾਲੀ ਮਿਰਚ ਪਾ ਦਿਆਂਗੇ ਤੇ ਇਹਨੂੰ ਹੋਰ ਭੋਲਾਂਗੇ ਮਿਰਚਾ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਪਾ ਸਕਦੇ ਹੋ ਇਹਦੇ ਵਿੱਚ ਕੋਸ਼ਿਸ਼ ਕਰਿਆ ਜੇ ਹਰੀ ਮਿਰਚ ਜ਼ਿਆਦੀ ਪਾਇਆ ਜੇ ਨਹੀਂ ਤੇ ਕਾਲੀ ਮਿਰਚ ਪਾਇਆ ਜੇ ਲਾਲ ਮਿਰਚ ਜ਼ਿਆਦੀ ਨਾ ਪਾਇਆ ਜੇ ਫਿਰ ਇਹਦਾ ਕਲਰ ਚੇਂਜ ਹੋ ਜਾਏਗਾ ਆਪਾਂ ਪਨੀਰ ਪਾ ਕੇ ਇਹਨੂੰ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ ਜਿਹੜਾ ਮੈਂ ਦਹੀਂ ਪਾਇਆ ਤੁਸੀਂ ਚਾਹਦੇ ਹੋ ਤੁਸੀਂ ਟਮਾਟਰ ਦੀ ਪਿਓਰੀ ਵੀ ਪਾ ਸਕਦੇ ਹੋ ਪਰ ਉਹ ਇਸ ਕਰਕੇ ਨਹੀਂ ਪਾਏ ਕਿ ਕਿਤੇ ਕਲਰ ਨਾ ਚੇਂਜ ਹੋ ਜਾਏ ਬਾਕੀ ਗਰਮ ਮਸਾਲਾ ਪਾ ਕੇ ਇਹਨੂੰ ਅੱਛੇ ਤਰੀਕੇ ਨਾਲ ਆਪਾਂ ਪੁੰਨ ਲਾਂਗੇ ਤਾਂ ਹੁਣ ਲਾਸਟ ਵਿੱਚ ਇਹਨੂੰ ਨਿੰਬੂ ਦਾ ਰਸ ਪਾ ਕੇ ਆਪਾਂ ਥੋੜਾ ਜਿਹਾ ਪੁੰਨਗੇ ਤੇ ਸੌਲੀ ਰੈਡੀ ਹੈ ਦੇਖੋ ਕਿੰਨਾ ਸੋਨਾ ਕਲਰ ਆਇਆ ਹੈ ਵਾਓ ਇਹਨੂੰ ਦੇਖ ਕੇ ਮੈਨੂੰ ਲੱਗ ਰਿਹਾ ਹੈ ਕਿ ਮੈਂ ਹੁਣੇ ਹੀ ਖਾ ਜਾ ਤੇ ਇਹਨੂੰ ਜ਼ਰੂਰ ਟਰਾਈ ਕਰਨਾ ਹੈਲਦੀ ਵੀ ਹੈ ਇਸ ਤਰੀਕੇ ਨਾਲ ਬਣਾਓਗੇ ਤੇ ਕਦੇ ਵੀ ਤੁਹਾਡੀ ਕਾਲੀ ਨਹੀਂ ਪੈਗੀ ਚਾਹੇ ਤੁਸੀਂ ਇਹਨੂੰ ਜਿੰਨੀ ਦੇਰ ਵਾਸਤੇ ਵੀ ਰੱਖੋਗੇ ਤਾਂ ਵੀ ਇਦਾਂ ਦੀ ਰਹੇਗੀ ਹੁਣ ਉੱਤੇ ਆਪਾਂ ਕਰੀਮ ਪਾ ਲਈ ਥੋੜੀ ਜੀ ਹੁਣ ਇਹਨੂੰ ਦਾਂਗੇ ਆਪਾਂ ਡਬਲ ਤੜਕਾ ਉਹਦੇ ਵਾਸਤੇ ਥੋੜਾ ਜਿਹਾ ਆਪਾਂ ਆਇਲ ਲੈ ਲਿਆ ਇਹਦੇ ਚ ਪਾ ਲਿਆ ਲਸਣ ਜੇ ਤੁਸੀਂ ਨਹੀਂ ਪਾਣਾ ਚਾਹੁੰਦੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਜੇ ਲਸਣ ਨਾ ਪਾਓਗੇ ਤੇ ਇਹਦੇ ਚ ਤੁਸੀਂ ਹਿੰਗ ਪਾ ਲੈਣਾ ਥੋੜਾ ਜਿਹਾ ਲਾਲ ਮਿਰਚਾਂ ਪਾ ਕੇ ਇਹਦਾ ਆਪਾਂ ਤੜਕਾ ਦਿੱਤਾ ਗੈਸ ਕਰਤਾ ਬੰਦ ਹੁਣ ਇਹਦੇ ਉੱਤੇ ਆਪਾਂ ਪਾ ਦਿਆਂਗੇ ਤੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਲੱਗਦਾ ਹੈ ਲਾਲ ਮਿਰਚਾਂ ਵੀ ਪੈ ਗਈਆਂ ਤੇ ਲਸਣ ਦਾ ਵੀ ਤੜਕਾ ਆ ਗਿਆ ਡਬਲ ਤੜਕਾ ਡਬਲ ਧਮਾਕਾ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਹੈ ਤੇ ਤੁਸੀਂ ਕਿਦਾਂ ਦੀ ਰੈਸਪੀ ਬਣਾਉਂਦੇ ਹੋ ਪਾਲਕ ਪਨੀਰ ਦੀ ਉਹ ਵੀ ਆਪਣੀ ਰੈਸਪੀ ਮੈਨੂੰ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਮੈਂ ਵੀ ਉਹ ਤਾਂ ਦੀ ਟਰਾਈ ਕਰਾਂਗੀ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜ਼ਰੂਰ ਕਰ ਲਓ ਬੈਲ ਜਿਹੜੀ ਉਹਨਾਂ ਨੂੰ ਆਨ ਕਰ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਥੈਂਕ ਯੂ ਫॉर ਵਾਚਿੰਗ